जब तक है डोर हाथ में तब तक का खेल है, देखी तो होगी तुमने पतंगे कटी हुई। अपनियां ही लिखियां इन पंक्तियां नू सुनाउन दे लई मशहूर कवि मनोबर राणा हुण साडे विचकार नहीं रहे, ओ हुण साडियां यादां च रहणगे। उत्तर प्रदेश की राजधानी लखनऊ स्थित संजय गांधी पोस्ट ग्रेजुएट इंस्टीट्यूट ऑफ मेडिकल साइंसिस ਵਿੱਚ ਐਤਵਾਰ ਰਾਤ ਨੂੰ ਉਹਨਾਂ ਦੀ ਮੌਤ ਹੋ ਗਈ। ਉਹ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ। ਜ਼ਿਕਰੇ ਖਾਸ ਹੈ ਕਿ ਉਹਨਾਂ ਦੇ ਬੋਲੋ ਮਾਂ ਅਤੇ ਦੇਸ਼ ਦੀ ਵੰਡ 'ਤੇ ਲਿਖੀਆਂ ਕੁਝ ਪੰਕਤੀਆਂ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਨੇ। ਆਜ ਵੀ ਜਿੰਦਾ ਹੈ ਮਾਂ ਮੇਰੀ, ਮੁਝੇ ਕੁਛ ਵੀ ਨਹੀਂ ਹੋਗਾ, ਮੈਂ ਘਰ ਸੇ ਜਬ ਨਿਕਲਤਾ ਹੂੰ ਦੁਆ ਵੀ ਸਾਥ ਚਲਤੀ ਹੈ, ਤੁਮਹਾਰਾ ਨਾਮ ਆਇਆ ਔਰ ਹਮ ਤਕਨੇ ਲਗੇ ਰਸਤਾ, ਤੁਮਹਾਰੀ ਯਾਦ ਆਈ ਔਰ ਖਿੜਕੀ ਖੋਲ ਦੀ ਹਮਨੇ। ਯੇ ਐਸਾ ਕਰਜ਼ ਹੈ ਜੋ ਅਦਾ ਕਰ ਨਹੀਂ ਸਕਤਾ, ਮੈਂ ਜਬ ਤੱਕ ਘਰ ਨਾ ਲੋਟੂ ਮੇਰੀ ਮਾਂ ਸਜਦੇ ਰਹਤੀ ਹੈ। ਜੀ ਹਾਂ, ਰਾਇਬੇਰੀਆ ਦੇ ਵਿੱਚ 26 ਨਵੰਬਰ 1952 ਨੂੰ ਮਨਵਰ ਰਾਣਾ ਨੂੰ ਸਾਲ 2014 ਵਿੱਚ ਸਾਹਿਤ ਅਕਾਦਮੀ ਵੱਲੋਂ ਸਨਮਾਨਿਤ ਕੀਤਾ ਗਿਆ। ਉਹਨਾਂ ਨੂੰ ਸ਼ਾਦਾਬਾਦ ਕਵਿਤਾ ਦੇ ਲਈ ਸਾਹਿਤ ਅਕਾਦਮੀ ਮਿਲੀ। 2012 ਦੇ ਵਿੱਚ ਉਹਨਾਂ ਨੂੰ ਉਰਦੂ ਸਾਹਿਤ ਦੇ ਲਈ ਉਹਨਾਂ ਦੀਆਂ ਸੇਵਾਵਾਂ ਦੇ ਲਈ ਸਾਹਿਤ ਖੋਜ ਸੰਸਥਾ ਦੇ ਦੁਆਰਾ ਮਤੀ ਰਤਨ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਦੱਸ ਦੇਈਏ, ਕਿਡਨੀ ਦੀ ਬਿਮਾਰੀ ਤੋਂ ਪੀੜਿਤ ਸਨ ਸ਼ਾਇਰ ਰਾਣਾ। ਉਹਨਾਂ ਦਾ ਲਖਨਊ ਦੇ PGI ਦੇ ਵਿੱਚ ਇਲਾਜ ਚੱਲ ਰਿਹਾ ਸੀ। ਰਾਣਾ ਲੰਬੇ ਸਮੇਂ ਤੋਂ ਵੈਂਟੀਲੇਟਰ 'ਤੇ ਸਨ। ਪੱਛਮੀ ਬੰਗਾਲ ਦੀ ਰਾਜਧਾਨੀ ਕਲਕੱਤਾ ਦੇ ਵਿੱਚ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਬਿਤਾਉਣ ਵਾਲੇ ਰਾਣਾ ਨੇ ਆਪਣੀ ਕਾਵਿ ਸ਼ੈਲੀ ਵਿੱਚ ਹਿੰਦੀ ਅਬਦੀ ਦੀਆਂ ਜ਼ਿਆਦਾ ਵਰਤੋਂ ਕੀਤੀ। ਜੀ ਹਾਂ, ਰਾਣਾ ਨੇ ਕਿਸਾਨ ਅੰਦੋਲਨ ਦੌਰਾਨ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇੱਕ ਸ਼ਾਇਰੀ ਲਿਖੀ ਸੀ, ਜਿਸ ਕਾਰਨ ਸਿਆਸੀ ਹੰਗਾਮਾ ਹੋਇਆ ਸੀ। ਉਹਨਾਂ ਨੇ ਲਿਖਿਆ ਸੀ, ਇਸ ਮੁਲਕ ਦੇ ਕੁਝ ਲੋਕਾਂ ਨੂੰ ਰੋਟੀ ਮਿਲੇਗੀ, ਸੰਸਦ ਨੂੰ ਡਿਗਾ ਕੇ ਉੱਥੇ ਕੁਝ ਖੇਤ ਬਣਾ ਦਿਓ, ਹੁਣ ਇਸ ਤਰ੍ਹਾਂ ਹੀ ਬਦਲੇਗਾ ਕਿਸਾਨਾਂ ਦਾ ਮੁਕੱਦਰ, ਸੇਠਾਂ ਦੇ ਬਣਾਏ ਹੋਏ ਗੋਦਾਮ ਜਲਾ ਦਿਓ, ਮੈਂ ਝੂਠ ਦੇ ਦਰਬਾਰ 'ਚ ਸੱਚ ਬੋਲ ਰਿਹਾ ਹਾਂ, ਗਰਦਨ ਤੋਂ ਉਡਾ ਦਿਓ ਮੈਨੂੰ ਜਾਂ ਜ਼ਿੰਦਾ ਜਲਾ ਦਿਓ। ਇਸ ਸ਼ਾਇਰੀ ਤੋਂ ਬਾਅਦ ਕਈ ਵੱਡੇ ਨੇਤਾਵਾਂ ਦੇ ਸਮੇਤ ਕਈ ਲੋਕਾਂ ਦੀਆਂ ਟਿੱਪਣੀਆਂ ਆਉਣੀਆਂ ਸ਼ੁਰੂ ਹੋ ਗਈਆਂ। CANRC 'ਤੇ ਵੀ ਉਹਨਾਂ ਨੇ ਵਿਵਾਦਿਤ ਬਿਆਨ ਦਿੱਤਾ ਸੀ, ਜਿਸ ਤੋਂ ਬਾਅਦ ਵੀ ਉਹ ਹੰਗਾਮੇ ਦੇ ਵਿੱਚ ਰਹੇ ਨੇ। ਸੋ ਜਿੱਥੇ ਇਹਨਾਂ ਦੀ ਆਵਾਜ਼ ਅੱਜ ਵੀ ਸਾਡੇ ਦਿਲਾਂ ਦੇ ਵਿੱਚ ਗੂੰਜ ਰਹੀ ਹੈ, ਉੱਥੇ ਹਰ ਕੋਈ ਅੱਜ ਇਹਨਾਂ ਨੂੰ ਨਮ ਅੱਖਾਂ ਦੇ ਨਾਲ ਅੰਤਿਮ ਵਿਦਾਈ ਦੇ ਰਿਹਾ ਹੈ।